बहुत कोशिश ही कर रहे हैं कि आपा पवन गुरु पाणी पिता माता धरत महत गुरु नानक साहब ने हुण गुरु नानक साहब का 15 तरीक नूं 555वां गुरपुरब मनाउणा है जो चो 20 साल कढ दिंदे आ पहले 535 साल पहला एक गल लिखती सी पवन गुरु पाणी पिता माता धरत महत। उस वेले तां कोई फैक्ट्री जिहड़ी है वह धूआं नहीं करदी होणी, उस वेले तां कोई बुढ़ा नाला सतलुज नहीं डिगदा होणा, उस वेले तां कोई स्प्रे करके धरती नूं जिहड़ा उह जहरीला नहीं करदा होणा। पवन हवा, हवा नूं गुरु दा दर्जा, पाणी पिता, पाणी नूं पिता दा दर्जा, धरती नूं माता दा दर्जा, पर असीं उह तिन्नों दर्जे कायम रख नहीं सके, अज रखण दी लोड़ आ। ब्रेन स्ट्रोमिंग का जमाना है, इत्थे बाहरले देशां चों एक्सपर्ट आए ने, बैठणगे मिल बैठ के आपस च डिस्कशन होगा, डेलीगेशन जिहड़े आए ने, ब्रेन स्ट्रोमिंग चों कुछ ना कुछ निकलूगा। हर चीज का अज तरीका बदल गया, इको फसल नूं बीजण दे चार चार तरीके आ गए, इको फसल नूं पानी देण दे चार चार तरीके आ गए, इको फसल ते स्प्रे करनी है उहदे चार चार तरीके आ गए, ड्रोन टेक्नोलॉजी आ गई, AI आ गया। सानू अपना माइंडसैट बदलना पऊगा। असीं उत्थी संत, मैं तां पिंडां चों आया, इह तां शुक्र है हुण थोड़ा जिहा यूनिवर्सिटियां व्हाट्सएप आ गया, मेले लगन लग गए, BAU जिहड़ी है उह दस दिंदी है कि कीड़ी फसल कदों बीजनी है, किहड़ा इहदा बीज है, कित्थों मिलदा है, ਕਿਹੜੀ ਸਪਰੇ, ਕਿਹੜੀ ਸੁੰਡੀ ਲੱਗ ਗਈ, ਕਿਹੜੀ ਸਪਰੇ ਕਰ, ਨਹੀਂ ਤਾਂ ਪਹਿਲਾਂ ਦੱਸਦੇ ਨਹੀਂ ਸੀ ਕੋਈ। ਮੇਰੀ ਫਸਲ ਨੂੰ ਸੁੰਡੀ ਲੱਗ ਗਈ, ਮੈਨੂੰ ਕੋਈ ਨਹੀਂ ਦੱਸਦਾ ਸੀ ਕਿ ਕੌਣ ਕਿਹੜੀ ਸਪਰੇ ਕਰਨੀ, ਮੈਂ ਕਿਵੇਂ ਕਰਦਾ ਸੀ, ਮੈਂ ਗੁਆਂਢੀ ਨੂੰ ਪੁੱਛਦਾ ਸੀ, ਭੋਲੇ ਯਾਰ ਪੀਲੇ ਜੇ ਖੰਭਾਂ ਵਾਲੀ ਸੁੰਡੀ ਲੱਗ ਗਈ, ਪੱਤੇ ਖਾਈ ਜਾਂਦੀ ਹੈ, ਉਹ ਕਹਿੰਦਾ ਹਾਂ ਯਾਰ ਸਾਡੇ ਵੀ ਲੱਗ ਗਈ, ਅਤੇ ਕੱਲ੍ਹ ਤੂੰ ਸਪਰੇ ਕਰੀ ਜਾਂਦਾ ਸੀ, ਭੋਲੇ ਕਿਹੜੀ ਆ ਉਹ, ਗਾਂ ਭੋਲੇ ਨੂੰ ਵੀ ਨਹੀਂ ਪਤਾ, ਉਹ ਕਹਿੰਦਾ ਪਤਾ ਨਹੀਂ ਹਰੇ ਜੇ ਢੱਕਣ ਵਾਲੀ ਹੈ, ਚੱਕ ਦੋ ਸਾਰਾ ਪਿੰਡ ਹਰੇ ਜੇ ਢੱਕਣ ਵਾਲੀ, ਕੋਈ ਪਤਾ ਨਹੀਂ ਹਰੇ ਜੇ ਢੱਕਣ ਵਾਲੀ ਸਹੀ ਹੈ ਨਹੀਂ ਸਹੀ, ਦੁਕਾਨਦਾਰ ਨੂੰ ਜਿਹੜੀ ਵੇਚ ਕੇ ਜ਼ਿਆਦਾ ਫਾਇਦਾ ਹੁੰਦਾ ਵੇਚੀ ਜਾਂਦੇ, ਕਿੰਨੀ ਕਰਨੀ ਹੈ, ਦੁਕਾਨਦਾਰ ਕਹਿੰਦਾ ਮੈਂ ਵੱਧ ਵੇਚਣੀ ਆ, ਉਹ 20 ml ਨੂੰ 40 ml ਕਹਿੰਦਾ, ਅੱਗੇ ਕਿਸਾਨ ਕਹਿੰਦਾ ਚੱਲ 40 ਕਹਿ ਤੂੰ 50 ਪਾ, ਉਹ ਜਿਹੜਾ ਜਿਹਨੇ ਕਰਨੀ ਹੁੰਦੀ ਹੈ ਉਹ ਕਹਿੰਦਾ ਜੀ ਵਾਰ ਵਾਰ ਪੰਗਾ, ਹੁਣ ਟੋਲੀ ਤਾਂ ਚੱਕੀ ਆ, 60 ਹੀ ਪਾ ਲੈਂਦੇ ਹਾਂ, ਮਤਲਬ ਕੋਈ ਮਿਕਦਾਰ ਨਹੀਂ, ਕੋਈ ਕੁਛ ਨਹੀਂ। ਸੋ ਇਹ ਤਾਂ ਬਹੁਤ ਖੁਸ਼ਕਿਸਮਤ ਆ ਕਿ VC ਸਾਹਿਬ ਟਿਸ਼ੂ ਕਲਚਰ ਦੇ ਸਪੈਸ਼ਲਿਸਟ ਨੇ, ਦੁਨੀਆ ਦੇ ਮੰਨੇ ਪ੍ਰਮੰਨੇ ਸਾਇੰਟਿਸਟ ਨੇ। ਅਸੀਂ ਇਸ ਵਾਰ 8 ਪੈਸਟੀਸਾਈਡ ਬੈਨ ਕੀਤੀ ਆ ਪੰਜਾਬ 'ਚੋਂ ਕਿ ਨਹੀਂ ਆਪਾਂ ਛਿੜਕਣੀਆਂ ਹੈ। ਮੋਨੋਕ੍ਰੋਟੋਫਾਸ ਪੂਰੀ ਦੁਨੀਆ 'ਚ ਬੈਨ ਹੈ, ਸਾਡੇ ਕੋਲ ਹਜੇ ਮਿਲੀ ਜਾਂਦੀ ਹੈ। ਮੈਂ ਪੁੱਛਿਆ ਉਹਨਾਂ ਨੂੰ, ਅਫਸਰਾਂ ਨੂੰ, ਇਹ ਕਿੱਥੋਂ ਮਿਲੀ ਜਾਂਦੀ ਹੈ, ਕਹਿੰਦੇ ਪਹਿਲਾਂ ਵਾਲਾ ਸਟਾਕ ਪਿਆ। ਹਾਂ ਕਮਾਲ ਹੈ, ਮੋਨੋਕ੍ਰੋਟੋਫਾਸ ਹਜੇ ਮਿਲ ਰਹੀ ਹੈ ਸਾਡੇ। ਸੋ ਇਹ ਤਾਂ ਡਿਸਕਸ ਕਰਨਾ ਪਊਗਾ, ਆਪਾਂ ਬਹਿਣਾ ਪਊਗਾ, ਜ਼ਹਿਰਾਂ ਖਾਈ ਜਾਂਦੇ, ਫਿਰ ਕੈਂਸਰ ਟ੍ਰੇਨਾਂ, ਕੈਂਸਰ ਹੋਸਪਿਟਲ, ਸਾਡੇ ਲਾਈਫ ਸਟਾਈਲ 'ਚੋਂ ਨਿਕਲ ਰਹੀਆਂ ਸਾਰੀਆਂ ਬਿਮਾਰੀਆਂ। ਅਸੀਂ ਤਾਂ ਪੰਜਾਬੀ ਹਾਂ, ਅਸੀਂ ਤਾਂ ਫੌਜਾਂ 'ਚ ਜਾਣ ਵਾਸਤੇ ਮਸ਼ਹੂਰ ਸੀ, ਅਸੀਂ ਤਾਂ ਕੁਸ਼ਤੀਆਂ ਵਾਸਤੇ ਮਸ਼ਹੂਰ ਸੀ, ਕਬੱਡੀਆਂ ਵਾਸਤੇ ਮਸ਼ਹੂਰ ਸੀ, ਗਿੱਧੇ ਭੰਗੜੇ ਵਾਸਤੇ ਮਸ਼ਹੂਰ ਸੀ। ਅੱਜ ਸਾਡੇ ਬੱਚੇ ਫੌਜ ਦਾ ਟੈਸਟ ਪਾਸ ਨਹੀਂ ਕਰ ਰਹੇ, ਬਿਕੋਜ਼ ਫਿਜ਼ੀਕਲੀ ਟੈਸਟ ਜਿਹੜੇ ਨੇ ਉਹ ਨਹੀਂ ਪਾਸ ਹੋਏ। ਸਭ ਤੋਂ ਚਿੰਤਾ ਦਾ ਵਿਸ਼ਾ ਹੈ। ਮੈਂ ਪੋਲੀਟਿਕਸ ਦੀ ਗੱਲ ਨਹੀਂ ਕਰੂੰਗਾ, ਦਿਸ ਇਜ਼ ਨੋਟ ਏ ਪੋਲੀਟੀਕਲ ਫੰਕਸ਼ਨ, ਪੋਲੀਟਿਕਸ ਦੀ ਗੱਲ ਕਿਤੇ ਹੋਰ ਕਰਾਂਗੇ। ਵਿੱਦਿਆ ਦਾ ਮੰਦਰ ਹੈ, ਇੱਥੇ ਮੈਂ ਕਦੇ ਵੀ ਕਿਸੇ ਕਾਲਜ 'ਚ ਜਾ ਕੇ ਜਾਂ ਕਿਸੇ ਯੂਨੀਵਰਸਿਟੀ 'ਚ ਜਾ ਕੇ ਮੈਂ ਕਦੇ ਰਾਜਨੀਤੀ ਦੀ ਗੱਲ ਨਹੀਂ ਕਰਦਾ, ਇਹ ਵਿੱਦਿਆ ਦਾ ਮੰਦਰ ਹੈ। ਇੱਥੋਂ ਤੁਸੀਂ ਵੱਡੇ ਵੱਡੇ ਸਾਇੰਟਿਸਟ ਨਿਕਲਣੇ ਨੇ, ਇੱਥੋਂ ਫਿਊਚਰ ਦੇ ਸਾਡੇ ਵਕੀਲ ਨਿਕਲਣੇ ਨੇ, ਬੜੇ ਐਗਰੀਕਲਚਰ ਦੇ ਸਪੈਸ਼ਲਿਸਟ ਨਿਕਲਣੇ ਨੇ, ਬਟ ਸਾਨੂੰ ਬਹਿਣਾ ਪਊਗਾ, ਸਾਨੂੰ ਸੋਚਣਾ ਪਊਗਾ। ਸਰਕਾਰਾਂ ਇਕੱਲੀਆਂ ਕੀ ਕਰਕੇ ਗਏ, ਬਥੇਰੀ ਐਡ ਕਰਦੇ ਹਾਂ ਕਿ ਪਰਾਲੀ ਨੂੰ ਅੱਗ ਨਾ ਲਾਓ, ਬਥੇਰਾ ਪ੍ਰੇਰਿਤ ਕਰਦੇ ਹਾਂ, TV 'ਤੇ ਐਡਾਂ ਦਿੰਦੇ ਹਾਂ, ਹਟਦਾ ਕੋਈ? ਕਹਿੰਦੇ ਸਾਹ ਦਾ ਕੀ ਹੈ, ਤਾਂ ਬਾਅਦ 'ਚ ਆ ਜਾਊਗਾ ਕਿ ਅੱਗ ਲਾਈ। ਸਾਹ ਤੋਂ ਬਿਨਾਂ ਕੀ ਕਰੋਗੇ ਤੁਸੀਂ ਯਾਰ, ਤੁਸੀਂ ਆਪਣੇ ਮੈਨੂੰ ਨਹੀਂ ਪਤਾ ਉਹ ਧੂੰਆਂ ਜਿਹੜਾ ਦਿੱਲੀ ਜਾਂਦਾ ਹੈ ਜਾਂ ਉਹ ਧੂੰਆਂ ਦਿੱਲੀ ਦੇ ਪਰਲੇ ਪਾਸੇ ਜਾਂਦਾ ਹੈ। ਹੁਣ ਤਾਂ ਲਾਹੌਰ ਵਾਲੀ ਨੇ ਵੀ ਕਿਹਾ ਮੈਂ ਵੀ ਚਿੱਠੀ ਲਿਖੂ ਭਗਵੰਤ ਮਾਨ ਨੂੰ, ਮਰੀਅਮ ਕਹਿੰਦੀ, ਮੈਂ ਕਿਹਾ ਇੱਧਰ ਵੀ ਆਉਂਦਾ ਜੀ, ਸਾਡੇ ਵਾਲੇ ਹੀ ਆਈ ਘੁੰਮੀ ਘੁੰਮੇ ਹੀ ਫਿਰਦਾ ਹੈ।
ਪਰ ਪਹਿਲਾਂ ਤਾਂ ਜਦੋਂ ਅੱਗ ਲੱਗਦੀ ਉਸ ਉਸੇ ਕਿਸਾਨ ਦੇ ਫੇਫੜਿਆਂ ਦੇ ਵਿੱਚ ਤੋਂ ਜਾਂਦਾ ਨਾ, ਉਸੇ ਪਿੰਡ ਦੇ ਉੱਤੋਂ ਵੀ ਜਾਂਦਾ, ਉਹਨਾਂ ਦੇ ਆਪਣੇ ਬੱਚਿਆਂ ਦੇ ਫੇਫੜਿਆਂ ਦੇ ਵਿੱਚ ਕੀ ਲੰਘਦਾ ਨਾ। ਫਿਰ ਹੜਤਾਲਾਂ ਕਰ ਦਿੰਦੇ, ਅਫਸਰ ਭੇਜਦੇ, ਅਫਸਰਾਂ ਨੂੰ ਕਹਿੰਦੇ ਨਾ ਅਸੀਂ ਤਾਂ ਅੱਗ ਲਾਵਾਂਗੇ, ਜਾਂ ਤਾਂ ਫਿਰ ਫਸਲ ਬਦਲ ਲਈਏ। ਆ ਜਿਹੜਾ ਹੁਣ ਅੱਜ ਸੈਮੀਨਾਰ ਹੈ, ਸੈਮੀਨਾਰ 'ਚ ਡਿਸਕਸ ਹੋਣਾ ਚਾਹੀਦਾ ਕ੍ਰੋਪ ਡਾਈਵਰਸੀਫਿਕੇਸ਼ਨ। ਸਿਰਫ ਅਖਬਾਰਾਂ ਦਾ ਇੱਕ ਹੈਡਲਾਈਨ ਰਹਿ ਗਈ, ਫਸਲ ਬਦਲ ਲੈਂਦੇ ਹਾਂ। ਸਾਡੇ ਤੱਕ ਧਰਤੀ ਇਹਨਾਂ ਦੀ, ਮੱਕੀ ਬੀਜ ਲਓ, ਜੋ ਮਰਜ਼ੀ ਬੀਜ ਲਓ, ਇੱਥੇ ਬਾਜਰਾ ਬੀਜ ਲਓ। ਮੈਨੂੰ ਕੋਈ ਆਏ ਮੇਰੇ ਕੋਲ ਪੁੱਛਣ, ਕੋਈ ਸੀਗੇ ਯੂਨੀਅਨਾਂ ਵਾਲੇ, ਮੈਂ ਕਿਹਾ ਜੀ ਧਰਤੀ ਦਾ ਪਾਣੀ ਖਤਮ ਹੋ ਚੱਲਿਆ, 600-600 ਫੁੱਟ ਤੇ ਵਾਟਰ ਲੈਵਲ ਚਲਾ ਗਿਆ, ਬਦਲ ਲਈਏ, ਝੋਨਾ ਨਾ ਬੀਜੀਏ ਜਾਂ ਘੱਟ ਡਿਊਰੇਸ਼ਨ ਵਾਲਾ ਬੀਜੀਏ। ਹੱਸ ਪਏ ਮੇਰੇ ਤੇ, ਕਹਿੰਦੇ ਮਾਨ ਸਾਹਿਬ ਹਰੇਕ ਕਹਿੰਦਾ ਵੀ ਪਾਣੀ ਖਤਮ ਹੋ ਰਿਹਾ, ਫਸਲ ਬਦਲ ਲਓ, ਝੋਨਾ ਨਾ ਬੀਜੋ। ਮੈਨੂੰ ਕਹਿੰਦੇ ਫਿਰ ਕੀ ਬੀਜਿਆ ਕਰੀਏ। ਮੈਂ ਕਿਹਾ ਜੀ ਜਾਇਜ਼ ਜਵਾਬ ਫਿਰ ਮੈਂ ਦਿਊਂਗਾ, ਇਹੋ ਜਿਹਾ ਤੁਹਾਨੂੰ ਜਵਾਬ ਵੀ ਨਹੀਂ ਮਿਲਿਆ ਹੋਣਾ ਕਿਤੇ। ਕਹਿੰਦੇ ਕਿਵੇਂ? ਮੈਂ ਕਿਹਾ ਜੀ ਉਹ ਫਸਲਾਂ ਬੀਜਣੀਆਂ ਸ਼ੁਰੂ ਕਰ ਲਈਏ ਜਿਹੜੀਆਂ ਪਾਣੀ ਖਤਮ ਹੋਣ ਤੋਂ ਬਾਅਦ ਬੀਜਿਆ ਕਰਾਂਗੇ। ਉਦੋਂ ਵੀ ਤਾਂ ਕੁਛ ਬੀਜਿਆ ਹੀ ਕਰੋਂਗੇ, ਛਿੱਟੇ ਹੀ ਦਿਓਗੇ ਬਾਜਰੇ ਦਾ, ਮੱਕੀ ਬੀਜੋਗੇ, ਮੂੰਗਫਲੀ ਬੀਜੋਗੇ, ਸਰੋਂ ਬੀਜੋਗੇ। ਹੁਣ ਸ਼ੁਰੂ ਕਰ ਲੈਂਦੇ ਹਾਂ ਕਿ ਪਾਣੀ ਬਚੇ। ਸੋ ਸਾਨੂੰ ਆਪਣਾ ਕਲਾਈਮੇਟ ਬਚਾਉਣਾ ਪਊਗਾ, ਪੂਰੀ ਦੁਨੀਆ ਦੀ ਪ੍ਰੋਬਲਮ ਹੈ। ਮੈਂ ਇੱਕ ਐਗਜ਼ਾਮਪਲ ਦੇਣਾ, ਥੋੜ੍ਹੀ ਜਿਹੀ ਡੰਪਿੰਗ ਕਰਤੀ ਸੀ ਬੋਇੰਗ ਨੇ, ਸਿਆਟਲ 'ਚ ਬੋਇੰਗ ਜਿਹੜੇ ਜਹਾਜ਼ ਬਣਦੇ, ਉਹਨਾਂ ਨੇ ਅਨਟ੍ਰੀਟਡ ਵਾਟਰ ਇੱਦਾਂ ਪਾਤਾ ਉਹ 'ਚ ਲੇਕ 'ਚ, ਕਿਤੇ ਮਿਲੀਅਨਸ ਡਾਲਰ ਦਾ ਜੁਰਮਾਨਾ ਹੋਇਆ ਕਿ ਤੁਸੀਂ ਕੋਸ਼ਿਸ਼ ਕਿਵੇਂ ਕੀਤੀ ਕਿ ਪਾਣੀ ਨੂੰ ਅਨਟ੍ਰੀਟਡ ਵਾਟਰ ਜਿਹੜਾ ਉਹ ਉਹਦੇ 'ਚ ਕਰਤਾ, ਡੰਪ ਕਰਤਾ। ਸਾਡੇ ਇੱਥੇ ਦੇਖੋ, ਅਸੀਂ ਆਪਣਾ ਕੂੜਾ ਗੁਆਂਢੀਆਂ ਦੇ ਘਰੇ ਸੁੱਟ ਕੇ ਕਹਿੰਦੇ ਨੇ ਅਸੀਂ ਸਫਾਈ ਕਰਤੀ, ਪਰ ਉਹਨਾਂ ਦੇ ਘਰੇ ਤਾਂ ਗੰਦ ਪੈ ਗਿਆ ਨਾ। ਸੋ ਇਹ ਤੇ ਆਪਾਂ ਨੂੰ ਸਮਾਜਿਕ ਲਹਿਰ ਬਣਾਉਣੀ ਪਊ, ਸੋਸ਼ਲ ਇੱਕ ਅੰਦੋਲਨ ਟਾਈਪ ਆਪਾਂ ਨੂੰ ਕਰਨਾ ਪਊਗਾ, ਨਹੀਂ ਤਾਂ ਆਪਾਂ ਆਉਣ ਵਾਲੀਆਂ ਪੀੜ੍ਹੀਆਂ ਲਈ ਪੰਜਾਬ ਪੰਜ ਪਾਣੀ ਪੰਜ ਆਬ ਆਉਣ ਵਾਲੇ ਦਿਨਾਂ 'ਚ ਇਕੱਲਾ ਨਾ ਹੀ ਰਹਿ ਜਾਣ, ਪਾਣੀ ਕਿੱਥੋਂ ਲੱਭੋਗੇ? ਉਹੀ ਸਤਲੁਜ ਨੰਗਲ ਤੋਂ ਚੱਲਦਾ ਹੈ, ਭਾਖੜਾ ਨੰਗਲ ਵੀ ਉੱਥੇ ਨਿਕਲਦੀ ਹੈ, ਉਹੀ ਨੰਗਲ ਭਾਖੜਾ ਨੰਗਲ ਉਹੀ ਸਤਲੁਜ ਨੀਲੇ ਰੰਗ ਦੇ ਚੱਲਦੇ ਆ ਉੱਥੋਂ। ਗੁਰੂ ਸਾਹਿਬ ਨੇ ਅੰਮ੍ਰਿਤ ਬਣਾਇਆ ਸੀ 13 ਅਪ੍ਰੈਲ 1699 ਨੂੰ, ਜਦੋਂ ਖਾਲਸਾ ਸਾਜਿਆ ਸੀ, ਸਤਲੁਜ ਦਾ ਪਾਣੀ ਲੈ ਕੇ ਅੰਮ੍ਰਿਤ ਬਣਾਇਆ ਸੀ। ਭਾਖੜਾ ਜਾਂਦੀ ਹੈ, ਸਤਲੁਜ ਵੀ ਉੱਥੋਂ ਹੀ ਆਉਂਦੇ ਆ ਇੱਕੋ ਥਾਂ ਤੋਂ। ਤੁਸੀਂ ਦੇਖਿਓ ਭਾਖੜਾ ਸਾਰੇ ਪੰਜਾਬ 'ਚ ਅੱਗੇ ਹਰਿਆਣਾ ਚਲੀ ਜਾਂਦੀ ਹੈ, ਉਹ ਰਹਿੰਦੀ ਹੈ ਨੀਲੇ ਰੰਗ ਦੀ, ਭਾਖੜਾ ਦਾ ਪਾਣੀ ਨੀਲੇ ਰੰਗ ਦਾ। ਸਤਲੁਜ ਲੁਧਿਆਣੇ ਤੱਕ ਆਉਂਦਾ ਆਉਂਦਾ ਕਾਲਾ, ਕਿਉਂਕਿ ਭਾਖੜਾ 'ਚੋਂ ਪਾਣੀ ਪੰਜਾਬ 'ਚ ਨਿਕਲਦਾ, ਭਾਖੜਾ 'ਚ ਪੰਜਾਬ 'ਚੋਂ ਪਾਣੀ ਕਿਤੇ ਪੈਂਦਾ ਨਹੀਂ। ਇੱਥੇ ਸਾਰੇ ਸ਼ਹਿਰਾਂ ਦਾ ਸੀਵਰੇਜ ਸਭ ਜੋ ਹੈ ਉਹ ਸਤਲੁਜ 'ਚ ਪੈਂਦਾ। ਸਤਲੁਜ ਜਾ ਕੇ ਫਿਰੋਜ਼ਪੁਰ, ਜਦੋਂ ਵਾਇਆ ਕਸੂਰ, ਥੋੜ੍ਹਾ ਜਿਹਾ ਕਸੂਰ ਜਾਂਦਾ ਪਾਕਿਸਤਾਨ 'ਚ, ਉੱਥੋਂ ਫਿਰ ਵਾਪਸ ਆ ਜਾਂਦਾ, ਉਹ ਫਾਜ਼ਿਲਕਾ ਦੇ ਪਿੰਡਾਂ ਜਾ ਕੇ ਦੇਖੋ ਤੁਸੀਂ। ਉਹਨਾਂ ਨੇ ਵੀ ਚਮੜੇ ਦੀਆਂ ਫੈਕਟਰੀਆਂ ਸਾਰੀਆਂ ਜਿਹੜੀਆਂ ਨੇ ਉਹ ਸਤਲੁਜ ਦੇ ਕਿਨਾਰੇ ਲਾਈਆਂ ਹੋਈਆਂ, ਉਹ ਵੀ ਸਾਰਾ ਆਪਣਾ ਕਾਲਾ ਪਾਣੀ। ਮਤਲਬ ਪਹਿਲਾਂ ਹੁੰਦਾ ਸੀਗਾ ਅੰਗਰੇਜ਼ ਕਾਲੇ ਪਾਣੀ ਦੀ ਸਜ਼ਾ ਦਿੰਦੇ ਹੁੰਦੇ ਸੀ, ਅਸੀਂ ਤਾਂ ਹੁਣ ਆਪ ਦਿੰਦੇ ਹਾਂ ਆਪਣੇ ਆਪ ਨੂੰ ਕਾਲੇ ਪਾਣੀ ਦੀ ਸਜ਼ਾ। ਅੰਡੇਮਾਨ ਨਿਕੋਬਾਰ ਨੂੰ ਨਾ ਕਾਲੇ ਪਾਣੀ ਕਹਿੰਦੇ ਸੀ। ਸੋ ਇਹਦੇ ਵਾਸਤੇ ਆਪਾਂ ਨੂੰ ਸੋਚਣਾ ਪਊਗਾ। ਤੁਹਾਡੇ ਵਰਗੇ ਜ਼ਹੀਨ ਲੋਕ, ਤੁਹਾਡੇ ਵਰਗੇ ਦਿਮਾਗੀ ਬੰਦੇ, ਗੰਭੀਰ ਬੰਦੇ, ਉਹਨੂੰ ਬੈਠਣਾ ਪਊਗਾ। ਇਹਦੇ ਵਾਸਤੇ ਕੱਠ ਨਹੀਂ ਚਾਹੀਦਾ, ਇਹਦੇ ਵਾਸਤੇ ਤਾੜੀਆਂ ਨਹੀਂ ਚਾਹੀਦੀਆਂ, ਹੂ ਹੱਲਾ ਨਹੀਂ ਚਾਹੀਦਾ, ਇਹਦੇ ਵਾਸਤੇ ਤਾਂ ਕਾਗਜ਼ 'ਤੇ ਪੈਨ ਚਾਹੀਦੇ ਬਸ। ਕਿ ਆਓ ਆਪਾਂ ਬੈਠੀਏ, ਹੋਮਵਰਕ ਕਰੀਏ, ਪੰਜਾਬ ਨੂੰ ਔਰ ਦੇਸ਼ ਨੂੰ ਕੀ, ਸਾਡੇ ਦੇਸ਼ ਨੂੰ ਕੀ ਨਹੀਂ ਦਿੱਤਾ ਕੁਦਰਤ ਨੇ? ਹਰ ਕਿਸਮ ਦਾ ਮੌਸਮ ਸਾਡੇ ਕੋਲ, ਪਹਾੜ ਸਾਡੇ ਕੋਲ, ਮਾਰੂਥਲ ਸਾਡੇ ਕੋਲ, ਕੋਲਾ ਸਾਡੇ ਕੋਲ, ਤੇਲ ਸਾਡੇ ਕੋਲ, ਹਰ ਉਪਜਾਊ ਧਰਤੀ ਸਾਡੇ ਕੋਲ, ਕੀ ਨਹੀਂ ਦਿੱਤਾ ਜੀ? ਮਿਹਨਤੀ ਕੌਮ ਸਾਡੇ ਕੋਲ ਲਓ। ਜੇ ਇਸ ਤਰ੍ਹਾਂ ਕਰ ਲਾਂਗੇ ਕਿ ਆਪਾਂ ਅਵੇਸਲੇ ਰਵਾਂਗੇ ਜਾਂ ਕੇਅਰਲੈਸ ਹੋ ਜਾਂਗੇ, ਤਾਂ
फिर आपां नूं अगे आने वाले समय च मुश्किलों का सामना करना पवेगा। सो फ्यूचर च जो प्रॉब्लम आ रही ने अज ही डिस्कस करिए, नहीं तो उही है